ਸਾਥੀਓ ਅੱਜ ਪੰਜਵੇਂ ਦਿਨ ਦੀ ਸੰਸਦ ਜਿਹੜੀ ਹੈ ਉਹਦੇ ਵਾਸਤੇ ਜੋ ਦਿੱਲੀ ਨੂੰ ਕਾਫਲੇ ਰਵਾਨਾ ਹੋਏ ਸਨ ਉਹ ਰਸਤੇ ਦੇ ਵਿੱਚ ਕਿਉਂਕਿ ਪੁਲਿਸ ਰੋਕ ਕੇ ਹਮੇਸ਼ਾ ਚੈਕਿੰਗ ਕਰਦੀ ਹੈ ਉਹ ਬੱਸਾਂ ਚੈੱਕ ਕਰਕੇ ਹੁਣ ਅੱਗੇ ਚਾਲੇ ਪਾ ਦਿੱਤੇ ਹੈ ਦਿੱਲੀ 'ਚ ਐਂਟਰ ਕਰ ਗਏ ਆਪਾਂ ਅਤੇ ਜੰਤਰ ਮੰਤਰ 'ਤੇ ਅੱਜ ਦੀ ਵੀ ਸੰਸਦ ਲੱਗੇਗੀ ਬੇਸ਼ੱਕ ਕਹਿ ਦਿਓ ਕਿ ਵਾਹਿਗੁਰੂ ਵੀ ਪ੍ਰੀਖਿਆ ਲੈ ਰਿਹਾ ਸਾਡੀ ਇਮਤਿਹਾਨ ਲੈ ਰਿਹਾ ਬਾਰਿਸ਼ ਬੜੀ ਜ਼ੋਰ ਦੀ ਹੈ ਬੱਸਾਂ ਵਿਖਾਓ ਪਿੱਛੇ ਦੇਖੋ ਲਾਈਨ ਬੱਸਾਂ ਦੀ ਲੱਗੀ ਹੋਈ ਹੈ ਉਹ ਮਾੜਾ ਜਿਹਾ ਉੱਪਰ ਦੀ ਕਰਕੇ ਵਿਖਾ ਦਿਓ ਸੋ ਉਹ ਕਾਫੀ ਮਤਲਬ ਕਾਫਲਾ ਵੱਡਾ ਆਪਣਾ ਸਾਰਾ ਹੀ ਆ ਰਿਹਾ ਕਰ ਲਓ ਫਿਰ ਬੱਸਾਂ ਵਿਖਾਵਾਂਗੇ ਸੋ ਅੱਜ ਦੀ ਸੰਸਦ ਨਵੇਕਲੀ ਹੋਏਗੀ ਕਿਉਂਕਿ ਜਿਹੜੀ ਸੰਸਦ MP ਲਾਉਂਦੇ ਨੇ ਜਿਹੜੇ ਅਸੀਂ ਚੁਣ ਕੇ ਭੇਜੇ ਹੋਏ ਨੇ ਉਹ ਸਰਕਾਰੀ ਤੰਤਰ ਸਾਰਾ ਲਾ ਕੇ ਸਰਕਾਰੀ ਪੈਸਾ ਲਾ ਕੇ ਜਿਹੜੇ ਸਾਡੇ ਲੋਕਾਂ ਦੇ ਹੱਕਾਂ ਦੀ ਕਮਾਈ ਲਾ ਕੇ ਉੱਥੇ ਬਹਿੰਦੇ ਨੇ ਅੰਦਰ ਪਰ ਕਿਸਾਨ ਜਿਹੜੀ ਸੰਸਦ ਹੈ ਉਹ ਅੱਜ ਬਾਰਿਸ਼ ਦੇ ਵਿੱਚ ਲੱਗੇਗੀ ਬੇਸ਼ੱਕ ਥੋੜ੍ਹਾ ਬਹੁਤ ਟੈਂਟ ਲੱਗਿਆ ਹੋਇਆ ਪਰ ਕਿਸਾਨਾਂ ਦੇ ਹੌਸਲੇ ਪਸਤ ਨਹੀਂ ਹੋਏ ਚੜ੍ਹਦੀ ਕਲਾ 'ਚ ਨੇ ਔਰ ਉੱਥੇ ਜਦੋਂ ਬੱਸਾਂ ਚੈੱਕ ਕਰਦੇ ਸੀ ਲਾ ਕੇ ਇਕੱਲੀ ਇਕੱਲੀ ਬੱਸ 'ਚ ਉਤਰਦੇ ਸੀ ਤਾਂ ਸਾਰੇ ਜੈਕਾਰੇ ਲਾਉਂਦੇ ਸਨ ਔਰ ਮੋਦੀ ਮੁਰਦਾਬਾਦ ਦੇ ਵੀ ਲਾਉਂਦੇ ਸਨ ਕਿਸਾਨ ਏਕਤਾ ਜਿੰਦਾਬਾਦ ਦੇ ਵੀ ਲਾਉਂਦੇ ਸਨ ਸੋ ਇਹ ਕਹਿ ਦਿਓ ਕਿ ਬਿਲਕੁਲ ਚੜ੍ਹਦੀ ਕਲਾ 'ਚ ਨੇ ਕਿਸਾਨ ਸਰਕਾਰ ਨੂੰ ਸਮਝਣਾ ਚਾਹੀਦਾ ਇਹ ਇੱਦਾਂ ਦਾ ਮੀਂਹ ਕੋਈ ਠੰਡ ਕੋਈ ਗਰਮੀ ਕਿਸਾਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਕਿਸਾਨ ਤਾਂ ਬਣਿਆ ਹੀ ਇਹਦੇ ਲਈ ਹੈ ਕਿ ਬਿਲਕੁਲ ਪੈਂਦੀ ਬਰਫ਼ ਦਾ ਵਾਂਗੂ ਕੋਰੇ ਦੇ ਵਿੱਚ ਕੰਮ ਕਰਦਾ ਬਲਦੀ ਅੱਗ 'ਚ ਕੰਮ ਕਰਦਾ ਜਦੋਂ ਟੈਂਪਰੇਚਰ 47 ਡਿਗਰੀ ਹੁੰਦਾ ਔਰ ਜਦੋਂ ਮੀਂਹ ਪੈਂਦਾ ਹਨੇਰੀਆਂ ਆਉਣੀਆਂ ਤੂਫਾਨ ਆਉਂਦੇ ਆ ਉਦੋਂ ਵੀ ਆਪਣੀ ਫਸਲ ਵੱਲੋਂ ਦੀ ਚਿੰਤਾ ਹੁੰਦੀ ਫਿਕਰ ਹੁੰਦੀ ਹੈ ਸੋ ਇਸ ਕਰਕੇ ਇਹ ਕਿਸਾਨ ਪਿੱਛੇ ਨਹੀਂ ਹਟੂਗਾ ਜਿੰਨਾ ਚਿਰ ਸਰਕਾਰ ਤਿੰਨੋਂ ਕਾਲੇ ਕਾਨੂੰਨ ਵਾਪਸ ਨਹੀਂ ਕਰਦੀ ਇਹ ਤਿੰਨੋਂ ਕਾਲੇ ਕਾਨੂੰਨ ਜਿਹੜੇ ਆ ਸਰਕਾਰ ਨੂੰ ਵਾਪਸ ਕਰਨੇ ਪੈਣਗੇ ਔਰ MSP ਦੇ ਲਿਖਤ ਗਰੰਟੀ ਦੇਣੀ ਪਊਗੀ ਕੋਈ ਗੱਲ ਨਹੀਂ ਜੇ ਸਰਕਾਰ ਚਾਹੁੰਦੀ ਹੈ ਲੰਬਾ ਚਲਾਉਣਾ ਤਾਂ ਵੀ ਕੋਈ ਪਰਵਾਹ ਨਹੀਂ ਇਹ ਸਰਕਾਰ ਨੂੰ ਚਲਤਾ ਕਰ ਦਿਆਂਗੇ 2024 ਤੱਕ ਬੈਠੇ ਹੈ ਪੱਕੇ ਮਕਾਨ ਬਣਾ ਲਏ ਆ ਡੇਰਿਆਂ ਨੇ ਆਪਣੇ ਸਾਰਿਆਂ ਨੇ ਪੱਕੀਆਂ ਰਹਿਸ਼ਾਂ ਕਰ ਲਈਆਂ ਸੜਕ ਦੇ ਉੱਪਰ ਹੀ ਉੱਥੇ ਸਿੰਘੂ ਬਾਰਡਰ 'ਤੇ ਔਰ ਅੱਜ ਸਰਕਾਰ ਦੀ ਜ਼ਰੂਰਤ ਨਹੀਂ ਕਿ ਉਹ ਕਿਸੇ ਨੂੰ ਉਠਾਲ ਸਕੇ ਆਪਾਂ ਜਦੋਂ ਸੜਕ ਬੰਦ ਕਰਦੇ ਹਾਂ ਤਾਂ ਸਰਕਾਰ ਆਉਂਦੀ ਹੈ ਭੱਜੀ ਫਿਰ ਕਦੇ ਡਾਂਗਾਂ ਲੈ ਕੇ ਆਉਂਦੇ ਕਦੇ ਕੁਛ ਲੈ ਕੇ ਆਉਂਦੇ ਆ ਪਰ ਕਿਸਾਨ ਪਹਿਲੇ ਦਿਨ ਤੋਂ ਡਟਿਆ ਹੋਇਆ ਸੜਕਾਂ ਬੰਦ ਕਰਕੇ ਇਹਨਾਂ ਦੀ ਜਿਹੜੀ ਨੈਸ਼ਨਲ ਹਾਈਵੇ ਘੇਰ ਕੇ ਬੈਠੇ ਆ ਇਹ ਸਰਕਾਰ ਦੇ ਨੱਕ 'ਚ ਦਮ ਕੀਤਾ ਹੋਇਆ ਜੇ ਜ਼ਰੂਰਤ ਹੈ ਸਰਕਾਰ ਦੇ ਵਿੱਚ ਤਾਂ ਕੇ ਠਾਲ ਕੇ ਵਿਖਾਵੇ ਨਹੀਂ ਤਾਂ ਕਾਨੂੰਨ ਵਾਪਸ ਕਰੇ ਫਿਰ ਕਿਸਾਨ ਵਾਪਸ ਜਾਏਗਾ ਸੋ ਇਹ ਕਿਸਾਨਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿ ਅੱਜ ਜ਼ੋਰਦਾਰ ਦਿੱਲੀ 'ਚ ਬਾਰਿਸ਼ ਹੋ ਰਹੀ ਹੈ ਫਿਰ ਵੀ ਕਿਸਾਨ ਚੜ੍ਹਦੀ ਕਲਾ 'ਚ ਜਾ ਰਹੇ ਨੇ ਸਾਡੇ ਨਾਲ ਸਤਨਾਮ ਸਿੰਘ ਬਹਿਰੂ ਨੇ ਇਹਨਾਂ ਦੀ ਅਗਵਾਈ ਜਾ ਰਹੇ ਅਸੀਂ ਤਾਂ ਇਹ ਸਾਡੇ ਬਜ਼ੁਰਗ ਨੇ ਔਰ ਅਸੀਂ ਇਹਨਾਂ ਦੇ ਬੱਚੇ ਇਹਨਾਂ ਕੋਲੋਂ ਸਿੱਖਣ ਨੂੰ ਮਿਲਦਾ ਬਹੁਤ ਕੁਛ ਸਹਿਜਤਾ ਧੀਰਜ ਅਸੀਂ ਇਹਨਾਂ ਕੋਲੋਂ ਸਿੱਖ ਰਹੇ ਹਾਂ ਔਰ ਮੈਂ ਇਹ ਦੱਸਣਾ ਚਾਹੂੰਗਾ ਕਿ ਸਭ ਤੋਂ ਪਹਿਲਾਂ ਜਿਹੜੀ ਕਿਸਾਨਾਂ ਦੀ ਲੜਾਈ ਸ਼ੁਰੂ ਕੀਤੀ ਸੀ ਅਦਾਲਤਾਂ ਦੇ ਵਿੱਚ ਉਹ ਸਰਦਾਰ ਸਤਨਾਮ ਸਿੰਘ ਬਹਿਰੂ ਸਾਹਿਬ ਨੇ ਕੀਤੀ ਸੀ ਇਹਨਾਂ ਨੂੰ 50 ਸਾਲ ਤੋਂ ਵੱਧ ਹੋ ਗਏ ਲੜਦਿਆਂ ਇਹ ਅੱਜ ਸਾਡੇ ਨਾਲ ਇਹਨਾਂ ਦੀ ਅਗਵਾਈ 'ਚ ਅਸੀਂ ਜਾ ਰਹੇ ਹਾਂ ਇਹਨਾਂ ਦੀ ਛਤਰਛਾਇਆ ਜਾ ਰਹੇ ਹਾਂ ਇਹ ਵੀ 4 ਸ਼ਬਦ ਆਪਣੇ ਵੱਲੋਂ ਬਿਆਨ ਕਰਨਗੇ ਸਤਨਾਮ ਸਿੰਘ ਬਹਿਰੂ ਜੀ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਮੈਂ ਸਤਨਾਮ ਸਿੰਘ ਬਹਿਰੂ ਸਾਰੇ ਦੇਸ਼ ਦੇ ਔਰ ਵਿਦੇਸ਼ ਦੇ ਲੋਕਾਂ ਦਾ ਜਿੱਥੇ ਧੰਨਵਾਦ ਕਰਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਥੇ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਣਾ ਵਾ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਹੋਏ ਫੈਸਲਿਆਂ ਮੁਤਾਬਕ ਜਿਹੜਾ ਦੁਨੀਆ ਵਿੱਚ ਇਹ ਪਹਿਲੀ ਵਾਰ ਭਾਰਤ ਦੀ ਪਾਰਲੀਮੈਂਟ ਦੀਆਂ ਨਾਲ ਦੁਆਰਾਂ ਦੇ ਨਾਲ ਖਹਿੰਦਾ ਹੋਇਆ ਅਸੀਂ ਪਾਰਲੀਮੈਂਟ ਸੈਸ਼ਨ ਸ਼ੁਰੂ ਕੀਤਾ 22 ਆਪਣੇ ਜੁਲਾਈ ਤੋਂ ਉਹਦੀ ਅੱਜ 5ਵੇਂ ਜਥੇ ਦੀ ਵਾਰੀ ਹੈ ਸਾਡੇ ਨਾਲ ਸੀਨੀਅਰ ਆਪਣੇ ਮਨਜੀਤ ਸਿੰਘ ਰਾਏ ਜੰਗ ਲੀਡਰ ਸਾਡੇ ਨਾਲ ਅੱਜ ਆ ਰਹੇ ਨੇ ਇਹਨਾਂ ਬਾਰੇ ਮੈਂ ਬਾਹਲੀ ਗੱਲ ਨਹੀਂ ਕਰਨਾ ਚਾਹੁੰਦਾ ਤੁਸੀਂ ਆਪਦੀ ਪਛਾਣ ਇਹ ਆਪ ਨੇ ਸੋ ਜਿਹੜਾ ਪਾਰਲੀਮੈਂਟ ਸੈਸ਼ਨ ਸਾਨੂੰ ਲਾਣਾ ਕਿਉਂ ਪਿਆ ਇਹਦੇ ਉੱਤੇ ਮੈਂ ਗੱਲ ਕਰਨੀ ਚਾਹੁੰਦਾ ਵਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ 543 ਪਾਰਲੀਮੈਂਟ ਮੈਂਬਰ ਜਿੱਤ ਕੇ ਆਉਂਦੇ ਨੇ ਔਰ ਇਸੇ ਤਰ੍ਹਾਂ ਪਾਰਟੀਆਂ ਰਾਜ ਸਭਾ ਦੀਆਂ ਮੈਂਬਰ ਚੁਣਦੀਆਂ ਨੇ
अपने इन्हों तो नाराजता हुई सानू इन्होंने जिम्मेवारी नहीं निभाई और देश की पार्लीमेंट के नलायकी कारण कोई पार्लीमेंट मैंबर की फॉर्मर लॉबी नहीं कोई धड़ा नहीं साडा जे किसी एक अद्धे आई पी ने साडे दबाव कारण कोई किसान की गल की और रोले रप्पे च गवाज गई इहदी देश की खेती नीति विज्ञानक ढंग नाल अज तक तय नहीं हुई उहदा ही खमियाजा असी पहले ही भुगत रहे सी करोड़ों अरबों रुपए के करजाई होकर खुदकशियां कर रहे सी ते जिहड़ा आ हुण दा हुकमरान नरेंद्र मोदी जी नूं भारत का प्रधानमंत्री असी गलती नाल देश के लोग चुन बैठे उन्होंने मौत के ब्रंट वर्गे काले कानून ने किसानों के मौत के ब्रंट किसानों के नाल नाल पूरे देश के वसनीकों जाणन वास्ते इतों का सारा माहौल खराब करने वास्ते विदेशी कंपनियां इत्थे लिया के उन्होंने फिर कब्जे देश उत्ते कराने वास्ते जिहड़े बनाए ने यह संयुक्त किसान मोर्चे ने पहलकदमी कारण अज देश के लोगों में जिहड़ी राजनीतिक जागरूकता पैदा की असी कदम बाई कदम मैं फिर संयुक्त किसान मोर्चे वालों विशेष करके देश विदेश के लोगों का धन्यवाद करना चाहना वा जिन्हिया असी संयुक्त किसान मोर्चे ने इस 8 महीनों से दिल्ली दिया ब्रूहों पर प्रोग्राम दिते भरवा हंगारा मिलिया पर जिहड़ा असी दिमागी तौर पर इन्हों शर्मिंदा करना इन्हों की जिम्मेवारी का साहस कराना पार्लीमेंट सैशन शुरू किया इन्होंने जिथे लोगों वालों सानू दुनिया के लोगों वालों प्रशंसा साड़ी समझती की जा रही है उत्थे मोदी दी जड़ा पूरिया खोखलियां हो चुकिया और इन्हां दे विच इन्नी घबराहट है इन्हां नूं कोई रस्ता नहीं लभ रहा भी हुण थुक के चटिए किवें सो ये आउण वाला भविख मैं संकेत थोड़ी जी गल करनी चाहना वा साडे राय साहब ने जंग लीडर ने मेरे वल इशारा किया भी न्यायपालिका विच किसानां दा पक्ष मैं बजुर्ग आगू के तौर पर रखिया वो पक्ष की सी देश की खेती नीति नाल जुड़िया होया सी मनमोहन सिंह ने वो कमीशन स्वामीनाथन बनाया और थुक के चटिया उन्हें दबा के रखिया और सर छोटू राम तो पिछों जे देश दे विच किसे इमानदारी नाल गल की तो एम एस स्वामीनाथन उन्हें दबाया गया और जिहड़ा अगला साडा सैशन अज 2 तरीक तो शुरू हो रहा है उहदे च एम एस सी की चर्चा होएगी और नाल नाल एम एस स्वामीनाथन की रिपोर्ट की चीड़ फाड़ होगी उन्हां दोषी कौन है मनमोहन सिंह दोषी रह चुका प्रधानमंत्री असी साबित करांगे तत्थां दे तहत साबित करांगे और नरेंद्र मोदी का चाह भांडा वह भन्नांगे पहलों भावें पच चुका है किस तरह उन्हें 2014 में बीजेपी ने साडे नाल वादा किया भी सानू लैके आए भाईओ जो मनमोहन सिंह सोनिया ने काम नहीं करा हम काम आपका करेंगे तो किस तरह मेरी रिट पटीशन दे विच देश की अपने एक कौमी पार्टी ने भारतीय जनता पार्टी ने एक अलफनामा दे के वादा तोड़िया वादा खिलाफी की हुण इहदे वादे खिलाफी दे जिहड़े वो सारे जाल झूठे पै गए किराए भांडा भज गया असी हुण किसे भी इहदे पर भुलेखे विच नहीं आवांगे भावें किसानां दीआं मंगां आर्थिक जंग हाली फिर शुरू होनी है इस जित तों बाद पर यह जिहड़ी जंग है ये काले कानूनां नाल चार अपने तिना आर्डीनेसां नाल जुड़ी है वह रद्द कराने एम एस सी का कानून बनाना और ये सारा असी अज दुनिया के मीडिया का भारत के मीडिया का पंजाब हरियाणा के मीडिया का धन्यवाद करते हैं भावें मोदी ने मीडिया का गला कुटिया होया है फिर भी याद हस्तियां याद अपने दारे ने जिहड़े मीडिया के वो साडी आवाज बन के अज दुनिया के चर्चा जिहड़ा संयुक्त किसान मोर्चे का शांतमई दोलन 8 महीनों तो दिल्ली और 2-3 महीनों तो पंजाब में चल रहा है इहदा एक इतिहास बहुत वड्डा वड्डी जिल्द वाला बन रहा है और फिर मैं इरादे नाल कह सकदा बजुर्ग के तौर पर संयुक्त किसान मोर्चे का इरादा आ जिहड़ा मौसम के अज सानू लगता सी शायद साडे वलंटियर साडे डेलीगेट बसां च समय सिर ना पुजन अज समय सिर पुजे ने और धवा तूर मीह पै रहा है और मीह दे विच भी असी वो पार्लीमेंट हुण थोड़े मिनटां में शुरू होवेगी असी दिल्ली पुजन वाले हाँ और जो तुसी वेखिओ अखी डिट्ठा हाल अज किस तरह की चर्चा जिवें पहले 4 सैशनां विच हो चुकी पार्लीमेंट किस तरह चलिया पिछे और अज असी मनजीत सिंह राय अते सतनाम सिंह बैरू तो सिर्फ
ਅਸੀਂ ਸਪੋਰਟਰ ਦੇ ਤੌਰ 'ਤੇ ਜਾ ਰਹੇ ਹਾਂ, ਉਹਨਾਂ ਦੀ ਰੱਖਿਆ ਵਾਸਤੇ ਜਾ ਰਹੇ ਹਾਂ, ਔਰ ਸਾਡੇ ਵਲੰਟੀਅਰ ਉਸ ਤਰ੍ਹਾਂ ਪਾਰਲੀਮੈਂਟ ਸ਼ੁਰੂ ਕਰਨਗੇ। ਮੈਂ ਬੇਨਤੀ ਕਰਦਾ ਅੱਜ ਦੇ ਪਾਰਲੀਮੈਂਟ ਨੂੰ ਵਿਸ਼ੇਸ਼ ਤੌਰ 'ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੇਖਣ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ।